ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਆਓ ਪਿਆਰੀ ਸਾਧ ਸੰਗਤ ਜੀ, ਆਪਾਂ ਚੱਲੀਏ ਭਾਈ ਡੱਲੇ ਦੇ ਘਰ। ਭਾਈ ਡੱਲੇ ਦੇ ਘਰ ਜਾ ਕੇ ਆਪਾਂ ਦਰਸ਼ਨ ਕਰਾਂਗੇ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨਿਸ਼ਾਨੀਆਂ ਦੇ। ਆਓ ਆਪਾਂ ਚੱਲੀਏ ਭਾਈ ਡੱਲੇ ਦੇ ਘਰ। ਜਦੋਂ ਆਪਾਂ ਭਾਈ ਡੱਲਾ ਦੇ ਘਰ ਐਂਟਰ ਹੁੰਦੇ ਹਾਂ ਤਾਂ ਇੱਕ ਸਾਈਡ 'ਤੇ ਲਿਖਿਆ ਹੋਇਆ ਕਿ ਇੱਥੇ ਪੈਸਿਆਂ ਦਾ ਮੱਥਾ ਟੇਕਣਾ ਮਨ੍ਹਾ ਹੈ, ਬੈੱਲ ਮਾਰ ਕੇ 5 ਮਿੰਟ ਵੇਟ ਕਰੋ। ਜੋ ਕਿ ਭਾਈ ਡੱਲਾ ਜੀ ਦੀ ਪੀੜ੍ਹੀ ਦਰ ਪੀੜ੍ਹੀ ਆ, ਉਹ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੀ ਨਿਸ਼ਾਨੀਆਂ ਦੇ ਦਰਸ਼ਨ ਕਰਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤੇਗਾ ਸਾਹਿਬ ਨੇ 10ਵੇਂ ਪਾਤਸ਼ਾਹ ਜੀ ਦੇ ਉੱਪਰ ਅੱਲਾ ਲਿਖਿਆ ਹੋਇਆ ਕਿਸੇ ਮੁਸਲਮਾਨ ਸ਼ਰਧਾਲੂ ਨੇ ਪੇਟਾ ਕੀਤੇ ਸੀ। ਤੇਗਾ ਸਾਹਿਬ 10ਵੇਂ ਪਾਤਸ਼ਾਹ ਜੀ ਦੇ ਇਹ ਛੋਟੀ ਦਸਤਾਰ ਹੈ ਕੇਸਕੀ 10ਵੇਂ ਪਾਤਸ਼ਾਹ ਜੀ ਦੀ। ਇਹ ਵੱਡੀ ਦਸਤਾਰ ਹੈ 10ਵੇਂ ਪਾਤਸ਼ਾਹ ਜੀ ਦੀ। ਇਹ ਵੱਡਾ ਚੋਲਾ 10ਵੇਂ ਪਾਤਸ਼ਾਹ ਜੀ ਦਾ, ਉੱਪਰ ਖੂਨ ਦੇ ਤੇ ਪਸੀਨੇ ਦੇ ਨਿਸ਼ਾਨ ਲੱਗੇ ਹੋਏ ਨੇ। ਮੁਕਤਸਰ ਦੀ ਜੰਗ ਵਿੱਚ ਪਹਿਨੇ ਵਸਤਰ ਨੇ ਗੁਰੂ ਸਾਹਿਬ ਦੇ। ਇਹ ਛੋਟਾ ਚੋਲਾ ਹੈ ਅੰਗਰੱਖਾ 10ਵੇਂ ਪਾਤਸ਼ਾਹ ਜੀ ਦਾ। ਇਹ ਰੇਪ ਪਜਾਮਾ ਹੈ 10ਵੇਂ ਪਾਤਸ਼ਾਹ ਜੀ ਦਾ। ਇਹਨਾਂ ਦੇ ਵੀ ਖੂਨ ਦੇ ਨਿਸ਼ਾਨ ਲੱਗੇ ਹੋਏ ਨੇ। ਭਾਈ ਮਹਾ ਸਿੰਘ ਦਾ ਸੀਸ ਗੋਡੇ ਤੇ ਰੱਖ ਕੇ ਬੇਦਾਵਾ ਪਾੜਿਆ, ਉਸ ਵਕਤ ਦੇ ਨਿਸ਼ਾਨ ਨੇ। ਇਹ ਮਾਤਾ ਜੀ ਸਾਹਿਬ ਕੌਰ ਜੀ ਦਾ ਰੇਪ ਪਜਾਮਾ ਹੈ। ਇਹ ਬਾਜ ਦੀ ਡੋਰ ਹੈ। ਗੁਰੂ ਸਾਹਿਬ ਕੋਲ ਜੋ ਬਾਜ ਹੁੰਦਾ ਸੀ ਉਸਦੇ ਪੈਰੀ ਇਹ ਡੋਰੀ ਬੰਨ ਕੇ ਰੱਖਦੇ ਸੀ। ਇਹ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਪੂਰੇ 1430 ਅੰਗ, ਇੱਕ ਓਂਕਾਰ ਜਪਜੀ ਸਾਹਿਬ ਤੋਂ ਲੈ ਕੇ ਰਾਗ ਮਾਲਾ ਤੱਕ ਪੂਰੀ ਬਾਣੀ ਦਰਜ ਹੈ। ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਹ ਹੁਕਮਨਾਮਾ ਸਾਹਿਬ ਨੇ ਜਿਨ੍ਹਾਂ ਤੇ ਦਮਦਮਾ ਸਾਹਿਬ ਤਖ਼ਤ ਸਿੱਧ ਹੋਏ ਨੇ। 10ਵੇਂ ਪਾਤਸ਼ਾਹ ਜੀ ਦੇ ਮੁੱਖ ਵਾਕ ਉੱਪਰ ਮੋਹਰ ਲੱਗੀ ਹੈ। ਇਸ ਦੇ ਦਰਸ਼ਨ ਤੁਸੀਂ ਤਖ਼ਤ ਸਾਹਿਬ ਕਰੇ ਹੋਣਗੇ। ਉੱਪਰ ਲਿਖਿਆ ਹੈ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਾ ਤਖ਼ਤ ਸ਼੍ਰੀ ਦਮਦਮਾ ਜੀ, ਤਹਾਂ ਬੈਠ ਕੇ ਸੁਖ ਪਾਇਆ। ਸਮੂਹ ਸੰਗਤ ਉੱਪਰ ਖੁਸ਼ੀ ਹੋਏ, ਬਖਸ਼ਿਸ਼ਾਂ ਕੀਤੀਆਂ ਕਿ ਇੱਥੇ ਮੱਥਾ ਟੇਕਣ ਲਈ ਹਰੇਕ ਲਈ ਜਗ੍ਹਾ ਹੈ। ਜੋ ਮੰਨੇਗਾ ਸੋ ਗੁਰੂ ਕਾ ਸਿੱਖ ਹੈ।
ਜੋ ਹੁਕਮਨਾਮਾ ਦੇਖ ਕੇ ਮੰਨੇਗਾ ਤਿਸਕਾ ਬੀਜਿਆ ਹਰਿਆ ਹੋਵੇਗਾ, ਕਿਰਤ ਵਿੱਚ ਬਰਕਤ ਹੋਵੇਗੀ, ਗੁਰੂ ਅੰਗ ਸੰਗ ਸਹਾਈ ਹੋਣਗੇ, ਕੁਟੁੰਬ ਸਹਿਤ ਤਰੇਗਾ, ਗੁਰੂ ਸਾਹਿਬ ਦਰਗਾਹ ਵਿੱਚ ਵੀ ਸਹਾਈ ਹੋਣਗੇ। ਅਖੀਰ 'ਚ ਲਿਖਿਆ ਗੁਰੂ ਕਾ ਬਚਨ ਹੈ ਸਾਖ। ਬਾਠ ਤੋਂ ਪਹਿਲਾਂ ਚਾਰ ਤਖਤਾਂ ਦੀ ਅਰਦਾਸ ਹੁੰਦੀ ਸੀ। ਦਮਦਮਾ ਸਾਹਿਬ ਬਾਰੇ ਜ਼ਬਾਨੀ ਰਸਾਨੀ ਸੀ ਕਿ ਗੁਰੂ ਸਾਹਿਬ ਤਖਤ ਥਾਪ ਕੇ ਗਏ ਨੇ, ਲਿਖਤੀ ਰੂਪ ਵਿੱਚ ਕੋਈ ਸਬੂਤ ਨਹੀਂ ਸੀ ਮਿਲ ਰਿਹਾ। ਇਹਨਾਂ ਹੁਕਮਨਾਮਾ ਸਾਹਿਬ ਦੇ ਮਿਲਣ ਤੋਂ ਬਾਅਦ ਫਿਰ ਪੰਜ ਤਖਤਾਂ ਦੀ ਅਰਦਾਸ ਹੋਣ ਲੱਗੀ ਹੈ। ਮੁੱਖ ਵਾਕ ਗੁਰੂ ਸਾਹਿਬ ਦੇ ਲਿਖੇ ਬਾਬਾ ਜੀ ਜੀਤ ਸਿੰਘ ਜੀ ਦੇ ਨੇ, ਉਹ ਮੇਰੇ ਨਾਨਾ ਜੀ ਦੀ ਜਗ੍ਹਾ 'ਤੇ ਨੇ 9 ਪੀੜ੍ਹੀਆਂ ਪਹਿਲਾਂ, ਬਾਬਾ ਡੱਲਾ ਸਿੰਘ ਜੀ ਮੇਰੇ ਦਾਦਾ ਜੀ ਦੀ ਜਗ੍ਹਾ 'ਤੇ 11 ਪੀੜ੍ਹੀਆਂ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਬਾਰੇ ਆਪਣੇ ਸੁਝਾਅ ਲਾਈਕ ਕਮੈਂਟ ਜ਼ਰੂਰ ਕਰਨਾ ਜੀ। ਜਿਹੜੀਆਂ ਸੰਗਤਾਂ ਭਾਈ ਡੱਲਾ ਜੀ ਦੇ ਘਰ ਗੁਰੂ ਮਹਾਰਾਜ ਜੀ ਦੇ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਆਈਆਂ ਨੇ, ਉਹ ਕਮੈਂਟ ਕਰਕੇ ਜ਼ਰੂਰ ਦੱਸਣ। ਮੈਂ ਤੁਹਾਡਾ ਆਪਣਾ ਰਾਮਪਾਲ ਸਿੰਘ, ਨਿਊਜ਼ ਐਂਡ ਬਲੌਗ ਯੂਟਿਊਬ ਚੈਨਲ। ਜੇਕਰ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੇਰੀ ਹੋਰ ਵੀ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ।